ਸਲੋਕ ਮਹੱਲਾ ਪਹਿਲਾ। ਇਹ ਬਾਣੀ ਧੰਨ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਸਹਿਸਰ ਦਾਨ ਦੇ ਇੰਦਰ ਰੁਆਇਆ। ਗੌਤਮ ਰਿਸ਼ੀ ਨੇ 1000 ਭਗਾਂ ਦਾ ਟਨ ਦੇ ਕੇ ਇੰਦਰ ਨੂੰ ਰੁਆ ਦਿੱਤਾ। ਪਰਸ਼ੁਰਾਮ ਰੋਵੈ ਘਰ ਆਇਆ। ਸ਼੍ਰੀ ਰਾਮ ਚੰਦਰ ਤੋਂ ਆਪਣਾ ਬਲ ਖੁਆ ਕੇ ਪਰਸ਼ੁਰਾਮ ਘਰ ਆ ਕੇ ਰੋਇਆ। ਅਜੈ ਸੋ ਰੋਵੈ ਭਿੱਖਿਆ ਖਾਏ। ਰਾਜਾ ਅਜੈ ਰੋਇਆ ਜਦੋਂ ਉਸਨੂੰ ਭਿੱਖਿਆ ਖਾਣੀ ਪਈ। ਐਸੀ ਦਰਗਾਹ ਮਿਲੈ ਸਜਾਏ। ਪ੍ਰਭੂ ਦੀ ਹਜ਼ੂਰੀ ਵਿੱਚੋਂ ਅਜਿਹੀ ਹੀ ਸਜ਼ਾ ਮਿਲਦੀ ਹੈ। ਰੋਵੈ ਰਾਮ ਨਿਕਾਲਾ ਪਿਆ। ਰਾਮ ਜੀ ਵੀ ਰੋਏ ਜਦੋਂ ਰਾਮ ਜੀ ਨੂੰ ਦੇਸ਼ ਨਿਕਾਲਾ ਮਿਲਿਆ। ਸੀਤਾ ਲਛਮਣ ਵਿਛੜ ਗਿਆ ਅਤੇ ਸੀਤਾ ਲਛਮਣ ਵਿਛੜੇ। ਰੋਵਾ ਦਹਿਸਿਰ ਲੰਕ ਗਵਾਏ। ਰਾਵਣ ਲੰਕਾ ਗਵਾ ਕੇ ਰੋਇਆ। ਜਿਨ ਸੀਤਾ ਆਦਿ ਡੋਰੂ ਵਾਏ। ਜਿਸਨੇ ਸਾਧੂ ਬਣ ਕੇ ਸੀਤਾ ਚੁਰਾ ਲਿਆਂਦੀ ਸੀ। ਰੋਵਹਿ ਪਾਂਡਵ ਭੈ ਮਜ਼ੂਰ। ਪੰਜੇ ਪਾਂਡਵ ਜਦੋਂ ਵੈਰਾਟ ਰਾਜੇ ਦੇ ਮਜ਼ਦੂਰ ਬਣੇ ਤਾਂ ਰੋਏ। ਜਿਨ ਕਹਿ ਸਵਾਮੀ ਰਹਿਤ ਹਦੂਰ। ਭਾਵੇਂ ਕਿ ਜਿਨ੍ਹਾਂ ਪਾਂਡਵਾਂ ਦੇ ਪਾਸ ਹੀ ਸ਼੍ਰੀ ਕ੍ਰਿਸ਼ਨ ਜੀ ਰਹਿੰਦੇ ਸਨ, ਭਾਵ ਜਿਨ੍ਹਾਂ ਦਾ ਪੱਕ ਕਰਦੇ ਸਨ। ਰੋਵੈ ਜਨਮੇਜਾ ਖੋਏ ਗਿਆ। ਰਾਜਾ ਜਨਮੇਜਾ ਖੁੰਝ ਗਿਆ। 18 ਬ੍ਰਾਹਮਣਾਂ ਨੂੰ ਜਾਨੋ ਮਾਰ ਬੈਠਾ। ਪ੍ਰਾਸ਼ਚਿਤ ਵਾਸਤੇ ਮਹਾਭਾਰਤ ਸੁਣਿਆ ਪਰ ਸ਼ੰਕਾ ਕੀਤਾ। ਏਕ ਕਾਰਨ ਪਾਪੀ ਪਿਆ। ਇਸ ਇੱਕ ਗਲਤੀ ਦੇ ਕਾਰਨ ਪਾਪੀ ਹੀ ਬਣਿਆ ਰਿਹਾ। ਭਾਵ ਕੌੜ ਨਾ ਹਟਿਆ ਅਤੇ ਰੋਇਆ। ਰੋਵੈ ਸੇਕ ਮਸਾਇਕ ਪੀਰ। ਸੇਖ ਪੀਰ ਆਦਿਕ ਵੀ ਰੋਂਦੇ ਹਨ। ਅੰਤਕਾਲ ਮਤ ਲਾਗੈ ਭੀੜ। ਕਿ ਮਤਾ ਅੰਤ ਦੇ ਸਮੇਂ ਕੋਈ ਬਿਪਤਾ ਆ ਪਏ। ਰੋਵੈ ਰਾਜੇ ਕੰਨ ਪੜਾਏ। ਭਰਤਰੀ ਗੋਪੀ ਚੰਦ ਆਦਿਕ ਰਾਜੇ ਜੋਗੀ ਬਣ ਕੇ ਦੁਖੀ ਹੁੰਦੇ ਹਨ। ਘਰ ਘਰ ਮੰਗੈ ਭਿੱਖਿਆ ਜਾਏ। ਜਦੋਂ ਘਰ ਘਰ ਜਾ ਕੇ ਭਿੱਖਿਆ ਮੰਗਦੇ ਹਨ। ਰੋਵੈ ਕਿਰਪਨ ਸੰਚੈ ਧਨ ਜਾਏ। ਸ਼ੂਮ ਧਨ ਇਕੱਠਾ ਕਰਦੇ ਹਨ ਪਰ ਰੋਂਦੇ ਹਨ ਜਦੋਂ ਉਹ ਧਨ ਉਹਨਾਂ ਪਾਸੋਂ ਚਲਾ ਜਾਂਦਾ ਹੈ। ਪੰਡਿਤ ਰੋਵੈ ਗਿਆਨ ਗਵਾਏ। ਗਿਆਨ ਦੀ ਥੁੜ ਦੇ ਕਾਰਨ ਪੰਡਿਤ ਵੀ ਖੁਆਰ ਹੁੰਦੇ ਹਨ। ਬਾਲੀ ਰੋਵੈ ਨਾਹੀਂ ਪਤਾਰ। ਇਸਤਰੀ ਰੋਂਦੀ ਹੈ ਜਦੋਂ ਸਿਰ 'ਤੇ ਪਤੀ ਨਾ ਰਹੇ। ਨਾਨਕ ਦੁਖਿਆ ਸਭ ਸੰਸਾਰ। ਹੇ ਨਾਨਕ ਸਾਰਾ ਜਗਤ ਹੀ ਦੁਖੀ ਹੈ। ਮੰਨੇ ਨਾਉ ਸੋਈ ਜਿਨ ਜਾਏ। ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ, ਭਾਵ ਜਿਸਦਾ ਮਨ ਪ੍ਰਭੂ ਦੇ ਨਾਮ ਵਿੱਚ ਭਤੀਜਦਾ ਹੈ, ਉਹ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਂਦਾ ਹੈ। ਔਰੀ ਕਰਮ ਨਾ ਲੇਖੈ ਲਾਏ। ਨਾਮ ਤੋਂ ਬਿਨਾਂ ਕੋਈ ਹੋਰ ਕੰਮ ਜ਼ਿੰਦਗੀ ਦੀ ਬਾਜੀ ਜਿੱਤਣ ਲਈ ਸਫਲ ਨਹੀਂ ਹੁੰਦਾ। ਮਹੱਲਾ ਦੂਜਾ। ਇਹ ਬਾਣੀ ਧੰਨ ਗੁਰੂ ਅੰਗਦ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਜਪ ਤਪ ਸਭ ਕਿਛ ਮੰਨੀਐ ਅਵਰ ਕਾਰਾ ਸਭ ਬਾਦ। ਜੇ ਮਨ ਪ੍ਰਭੂ ਦੇ ਨਾਮ ਵਿੱਚ ਭਤੀਜ ਜਾਏ ਤਾਂ ਜਪ ਤਪ ਆਦਿਕ ਹਰੇਕ ਉੱਦਮ ਵਿੱਚ ਹੀ ਆ ਜਾਂਦਾ ਹੈ। ਨਾਮ ਤੋਂ ਬਿਨਾਂ ਹੋਰ ਸਾਰੇ ਕੰਮ ਵਿਅਰਥ ਹਨ। ਨਾਨਕ ਮੰਨਿਆ ਮੰਨੀਐ ਬੁੱਝੀਐ ਗੁਰ ਪ੍ਰਸਾਦ। ਹੇ ਨਾਨਕ ਨਾਮ ਨੂੰ ਮੰਨਣ ਵਾਲਾ ਆਦਰ ਪਾਉਂਦਾ ਹੈ। ਇਹ ਗੱਲ ਗੁਰੂ ਦੀ ਕਿਰਪਾ ਨਾਲ ਸਮਝ ਸਕੀ ਦੀ ਹੈ। ਪੌੜੀ ਕਾਇਆ ਹੰਸ ਤੁਰ ਮੇਲ ਕਰਤੈ ਲਿਖ ਪਾਇਆ। ਸਰੀਰ ਅਤੇ ਜੀਵਾਤਮਾ ਦਾ ਸੰਯੋਗ ਧੁਰੋ ਕਰਤਾਰ ਨੇ ਆਪਣੇ ਹੁਕਮ ਅਨੁਸਾਰ ਬਣਾ ਦਿੱਤਾ ਹੈ। ਸਾਮੈ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ। ਪਰਮਾਤਮਾ ਸਭ ਜੀਵਾਂ ਵਿੱਚ ਲੁਕੋਇਆ ਹੋਇਆ ਮੌਜੂਦ ਹੈ, ਗੁਰੂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਗੁਣ ਗਾਵੈ ਗੁਣ ਉਚਰੈ ਗੁਣ ਮਾਹੇ ਸਮਾਇਆ। ਜੋ ਮਨੁੱਖ ਗੁਰੂ ਦੀ ਸ਼ਰਨ ਆ ਕੇ ਪ੍ਰਭੂ ਦੇ ਗੁਣ ਗਾਉਂਦਾ ਹੈ, ਗੁਣ ਉਚਾਰਦਾ ਹੈ, ਉਹ ਗੁਣਾਂ ਵਿੱਚ ਲੀਨ ਹੋ ਜਾਂਦਾ ਹੈ। ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ। ਸਤਿਗੁਰੂ ਦੀ ਸੱਚੀ ਬਾਣੀ ਦੇ ਰਾਹੀਂ ਉਹ ਮਨੁੱਖ ਸੱਚੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ।
गुरु ने सच्चा प्रभु उसनू संगत विच रख के मिला दिता है। सब किच आपे आप है, आपे दे वड्याई। हरेक हस्ती विच प्रभु आप ही मौजूद है आते आप ही वड्याई बख्शता है। सलोक महला दूजा। ये बाणी धन गुरु अंगद देव जी की उच्चारण की हुई है। नानक अंधा होई कै रतना परखण जाए। हे नानक, जो मनुख आप अन्ना होवे आते तुर पे रतन परखण। रतना सार न जाने आवै आप लखाए। ओ रतना दी कदर तां जानदा नहीं पर अपना आप नशर करा आंदा है। भाव अपना अन्नापन जाहर कर आंदा है। महला दूजा। ये बाणी धन गुरु अंगद देव जी की उच्चारण की हुई है। रतता केरी गुथली रतनी खोली आए। प्रभु दे गुणा रूप रतना दी थैली सतगुरु ने आके खोली है। वखर तैवन जा रहा दूहा रही समाए। ये गुत्थी वेचण वाले सतगुरु आते विहाजण वाले गुरमुख दोनों दे हिरदे विच टिक रही है। भाव दोहां नूं ये गुण प्यारे लग रहे हैं। जिन गुण पल्लै नानका मानक वण जह से। हे नानक, जिन्हां दे पास भाव हिरदे विच प्रभु दी सिरसला दा गुण मौजूद है ओह मनुख ही नाम रतन विहाजदे हन। रतना सारना जाननी आंदे वक्त है लोए। पर जो इना रतना दी कदर नहीं जानदे ओ अन्या वांग जगत विच फिरदे हन। पौड़ी नौ दरवाजे काया कोट है दसवै गुप्त रखीजै। शरीर मानो एक किला है इस दे नौ गोलकार रूप दरवाजे प्रगट हन आते दसवा दरवाजा गुप्त रखिया होया है। बजर कपाट न खुलनी गुर शबद को लीजै। ओ दसवें दरवाजे दे कवाड़ बड़े करड़े हन आते नहीं खुलदे। खुलदे केवल सतगुरु दे शबद दे राही हन। अनहद वाजे धुन वजदे गुर शबद सुनीजै। जदो ये करड़े कवाड़ खुल जांदे हन तां मानो एक रस वाले वाजे वज पैंदे हन जो सतगुरु दे शबद दे राही सुनीदे हन। तितकट अंतर चानना कर भगत मलीजै। जिस हिरदे विच ए आनंद पैदा हुंदा है उस हिरदे विच ज्ञान दा चानन हो जांदा है। प्रभु दी भगती करके ओ मनुख प्रभु विच मिल जांदा है। समय एक वरतदा जिन आपे रचन रचाई। जिस परमात्मा ने ए सारी रचना रची है ओ सारे जीवां विच व्यापक है पर उस नाल मेल गुरु दे राही ही हुंदा है। सलोक महला दूजा। ये बाणी धन गुरु अंगद देव जी की उच्चारण की हुई है। अंधा कै राह दसीऐ अंधा होए सो जाए। जे कोई अन्ना मनुख किसी होर नूं राह दसे तां उस राह उत्ते ओही तुरदा है जो आप अन्ना होवे। होए सुजाखा नानका सो क्यों उजड़ पाए। हे नानक, सुजाका मनुख अन्ने दे आखे कुराहे नहीं पैंदा। अंधे एह न आखियन जिन मुख लोयन नाहे। पर आत्मक जीवन विच एहो जेहे बंदे नू अन्ना नहीं कहिदा जिन्हां दे मुँह उत्ते अखां नहीं हन। अंधा सेई नानका खसमो कुत्थे जाहे। हे नानक, अन्ने ओही हन जो मालक प्रभु तों पुंजे जा रहे हन। महला दूजा। ये बाणी धन गुरु अंगद देव जी की उच्चारण की हुई है। साहिब अंधा जो किया करे सुजाखा होए। जिस मनुख नूं मालक प्रभु ने आप अन्ना कर दिता है वह तां ही सुजाखा हो सकता है जे प्रभु आप सुजाखा बनाए। जेहा जाणै तेहो वरतै जे सो आखै कोए। नहीं तो अन्ना मनुखता जेहो जेही समझ रखता है उसे तरह करी जाता है भावें उसनू कोई सौ वारी समझाए। जिथे सो वस्त न जापई आपे वरतो जान। जिस मनुख दे अंदर नाम रूप पदार्थ की सोझी नहीं उथे आपा भाव की वरतों हो रही समझो।
नानक गाहक क्यों ले सके ना वस्त पछाण। क्योंकि हे नानक, गाहक जिस सौदे नूं पछाण ही नहीं सकता, उसनू ओ व्याहावे किवें। वाहिगुरु जी का खालसा, वाहिगुरु जी की फतेह।